दल ने बांटे 3,000 मास्क। मनोहर मनन ने कहा हल्का वेस्ट में बांटे जाएंगे 10,000 मास्क। आज कांग्रेस सेवा दल के प्रदेश पदाधिकारी मनोहर मनन ने एसीपी वेस्ट को 3,000 मास्क दिए। मनन ने कहा कि आगामी दिनों में 10,000 मास्क हल्का वेस्ट में बांटे जाएंगे। उन्होंने हल्का विधायक डॉक्टर राजकुमार का धन्यवाद करते हुए कहा कि आज हल्का वेस्ट में नीले कार्ड वालों को कनक भी बंटनी शुरू हो गई है। नगर निगम के सीनियर डिप्टी मेयर रमन बख्शी ने सेवा दल के पदाधिकारी मनन की प्रशंसा करते हुए कहा कि सेवा दल मास्क के साथ साथ पानी की सेवा भी कर रहा है। मनोहर मनन, वाइस प्रेसिडेंट पंजाब कांग्रेस सेवा दल। मैं आज एसीपी साहब नूं दे चरणां दे विच हाथ नाल मास्क बनवा के 3,000 दे करीब मास्क जड़े आ ओह असीं इन्हां दे प्रोवाइड कीते ने। सारी दुनिया बड़ी अच्छी सेवा करन दा इहने सारे ही, कोई लंगर दी सेवा करदा है, कोई कुछ करदा है। लंगर दी सेवा भी असीं करदे हां पर बहुत सारी दुनिया लंगर दी सेवा च लगी हुई है। तां सरदार भुपिंदर सिंह जिहड़े कि मेरे चौंकी दे इंचार्ज ने, उन्हां दे कहन दा सदका कि मनन साहब तुसीं इह कम करो, तां असीं मास्क बनाउण दे पासे तुर पए। ते अज असीं एसीपी साहब नूं 3,000 मास्क बना के दिता है ते फरदर असीं इस पाइपलाइन दे विच आ और कोशिश करांगे कि 10,000 दा टीचा है कि 10,000 मास्क जिहड़ा है ओह बना के असीं एसीपी साहब नूं देवांगे कि कम से कम अपनी वेस्ट है जिहड़ी साडी ओहनूं असीं इस मास्क पा के ते इस कोरोना वायरस बीमारी तों बचाया जा सके। इहदा सदका है। मैं शुक्रगुजार हाँ डॉक्टर राजकुमार जी MLA दा जिन्होंने साडा मार्गदर्शन किया है। अज उन्होंने मैनू जिन्हें कणक ते दाल दी गवर्नमेंट दी सप्लाई जिहड़ी है डिपुआं ते दित्ती है ते मैनू हलका पछमी दा इंचार्ज लाया है कि सारे डिपुआं नू चैक किया जाए तां कि जो बंदा हक हर जिहड़ा गरीब है उहनू मिल सके। ते मैं कोशिश करांगा ਤੇ ਡਾਕਟਰ ਸਾਹਿਬ ਨੇ ਜਿਹੜੀ ਮੇਰੀ ਡਿਊਟੀ ਲਾਈ ਹੈ ਮੈਂ ਉੱਤੇ ਪੂਰਾ ਉਤਰਾਂ। ਜੈ ਹਿੰਦ। ਅੱਜ ਮਨੋਹਰ ਲਾਲ ਮੰਨਣ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਕਾਂਗਰਸ ਸੇਵਾ ਦਲ ਦੇ, ਉਹਨਾਂ ਸੇਵਾ ਦਲ ਦੀ ਸਿੱਖਿਆ ਲੈਂਦੇ ਹੋਏ ਸੇਵਾ ਭਾਵ ਦੇ ਨਾਲ ਮਹਾਤਮਾ ਗਾਂਧੀ ਦੇ ਕਥਨ ਅਨੁਸਾਰ ਜਿਹੜੇ ਖੱਦਰ ਦੇ ਮਾਸਕ ਬਣਾ ਕੇ ਪੁਲਿਸ ਮੁਲਾਜ਼ਮਾਂ ਨੂੰ ਲਗਭਗ 4,000 ਮਾਸਕ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਇਹ ਬਹੁਤ ਜ਼ਿਆਦਾ ਮਾਸਕ ਜਿਹੜੇ ਆ ਸਰਕਾਰੀ ਅਫਸਰਾਂ ਨੂੰ ਦੇ ਚੁੱਕੇ ਆ। ਜਿਸ ਤਰੀਕੇ ਨਾਲ ਤੁਸੀਂ ਸਾਰਿਆਂ ਨੂੰ ਪਤਾ ਵੀ ਕਰੋਨਾ ਦੀ ਬਿਮਾਰੀ ਕਰਕੇ ਹਰ ਕੋਈ ਆਪਣੀ ਯਥਾ ਯੋਗਿਆ ਸੇਵਾ ਕਰ ਰਿਹਾ, ਉਹਦੇ ਵਿੱਚ ਭਾਵੇਂ ਕੋਈ ਲੰਗਰ ਲਾ ਰਿਹਾ, ਕੋਈ PPE ਕਿੱਟਾਂ ਦੇ ਰਿਹਾ, ਕੋਈ ਸੈਨੀਟਾਈਜ਼ਰ ਵੰਡ ਰਿਹਾ, ਉਸੇ ਤਰੀਕੇ ਨਾਲ ਮੰਨਣ ਸਾਹਿਬ ਨੇ ਜਿਹੜੀ ਸੇਵਾ ਲਈ ਆ, ਖਾਸ ਕਰਕੇ ਜਿਹੜਾ ਇੱਕ ਤੇ ਇਹ ਮਾਸਕ ਬਣਾ ਕੇ ਦੇ ਰਹੇ, ਦੂਜਾ ਨਾਕਿਆਂ ਦੇ ਉੱਤੇ ਇਹਨਾਂ ਦਾ ਪਾਣੀ ਦਾ ਕੰਮ ਆ, ਪਾਣੀ ਦੇ ਜਿਹੜੇ ਰਹਿਬਰ ਆ ਉਹ ਵੀ ਸਵੇਰੇ ਉੱਥੇ ਪਹੁੰਚਾਉਂਦੇ ਆ। ਅਸੀਂ ਪੱਛਮੀ ਹਲਕੇ ਵੱਲੋਂ, ਕਿਉਂਕਿ ਡਾਕਟਰ ਰਾਜਕੁਮਾਰ ਵੇਰਕਾ ਜੀ ਜਿਹੜੇ ਸਾਡੇ MLA ਆ, ਉਹਨਾਂ ਵੱਲੋਂ ਖਾਸ ਨਿਰਦੇਸ਼ ਆ ਵੀ ਜਿੱਥੇ ਜਿਹੜਾ ਕੋਈ ਕਾਂਗਰਸ ਦਾ ਵਰਕਰ ਬੈਠਾ, ਜੋ ਕਿਸੇ ਦੀ ਆਪਣੇ ਆਂਢ ਗੁਆਂਢ ਕਿਸੇ ਸਾਥੀ ਦੀ ਮਦਦ ਕਰ ਸਕਦਾ ਉਹ ਕਰੇ। ਉਹ ਸਦਕਾ ਜਿਹੜੇ ਮੰਨਣ ਸਾਹਿਬ ਆ ਉਹਨਾਂ ਨੇ ਜਿੱਥੇ ਅੱਜ ਮਾਸਕ ਬਣਾ ਰਹੇ ਆ, ਜਿੱਥੇ ਪਾਣੀ ਦੀ ਸੇਵਾ ਕਰ ਰਹੇ, ਉੱਥੇ ਅੱਜ ਡਾਕਟਰ ਰਾਜਕੁਮਾਰ ਵੇਰਕਾ ਜੀ ਨੇ ਇਹਨਾਂ ਨੂੰ ਜਿਹੜੀ ਸਾਡੇ ਨੀਲੇ ਕਾਰਡਾਂ ਦੀ ਕਣਕ ਆ ਜਿਹੜੀ ਸ਼ੁਰੂ ਹੋਈ ਆ ਉਹਦਾ ਵੀ ਇੰਚਾਰਜ ਲਾਇਆ ਵੀ ਜਿੰਨੇ ਡੀਪੂਆਂ ਦੇ ਲੋਕਾਂ ਨੂੰ ਪੂਰਨ ਰੂਪ ਦੇ ਵਿੱਚ ਕਣਕ ਮਿਲ ਸਕੇ, ਕਿਸੇ ਤਰੀਕੇ ਦੀ ਵੀ ਲੋਕਾਂ ਦੇ ਵਿੱਚ ਇਹ ਭਾਵਨਾ ਨਾ ਰਹੇ, ਕੋਈ ਰਹਿ ਨਾ ਜਾਵੇ ਜਿਹੜਾ ਬੰਦਾ ਜਿਹਦੀ ਕਣਕ ਦਾ ਹੱਕ ਬਣਦਾ ਤੇ ਰਹੇ ਨਾ। ਅਸੀਂ ਮੰਨਣ ਸਾਹਿਬ ਦਾ ਸਮੂਹ ਆਪਣੇ ਸ਼ਹਿਰੇ ਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਅੱਜ ਦਾ ਪ੍ਰਾਲਾ ਇਹ ਆ ਕਿ ਸਾਨੂੰ ਸ਼੍ਰੀ ਮਨੋਹਰ ਮੱਲਣ ਜੀ ਨੇ ਦਿੱਤੇ ਆ 3,000 ਮਾਸਕ, ਜਿਹੜੇ ਕਿ ਅਸੀਂ ਮੁਲਾਜ਼ਮ ਜਿਹੜੇ ਨਾਕੇ 'ਤੇ ਡਿਊਟੀ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਵੰਡ ਰਹੇ ਹਾਂ, ਅਤੇ ਜੇ ਕੋਈ ਰੇਹੜੀ ਵਾਲਾ ਜਾਂ ਕੋਈ ਗਰੀਬ ਆਦਮੀ ਜਿਹਦੇ ਕੋਲ ਨਹੀਂ ਮਾਸਕ ਹੈਗਾ ਅਸੀਂ ਉਹਨੂੰ ਵੀ ਪ੍ਰੋਵਾਈਡ ਕਰ ਰਹੇ ਹਾਂ। ਠੀਕ ਹੈ। ਅਤੇ ਇੱਕ ਵਧੀਆ ਨਾਲ ਅਸੀਂ ਬਰੀਫ ਵੀ ਉਹਨਾਂ ਨੂੰ ਕਰ ਰਹੇ ਹਾਂ ਕਿ ਸੈਨੀਟਾਈਜ਼ਰ ਵੀ ਪ੍ਰੋਵਾਈਡ ਕਰਾਵਾਂਗੇ, ਹਾਲ ਦੀ ਘੜੀ ਜੋ ਸਾਡੇ ਕੋਲ ਹੈਗਾ ਅਸੀਂ ਉਹ ਪ੍ਰੋਵਾਈਡ ਕਰਵਾ ਰਹੇ ਹਾਂ।